ਮੈਂ ਜੇਲ੍ਹ ਚ ਕਰੀਬ 8 ਸਾਲ ਦੇ ਕਰੀਬ ਰਿਹਾ ਹਾਂ 8 ਸਾਲ ਜੇਲ੍ਹ ਹਾਂ ਕਿੰਨੀਆਂ ਕਿੰਨੀਆਂ ਜੇਲ੍ਹਾਂ ਚ ਰਿਹਾ ਜੇ ਪੰਜਾਬ ਦੀਆਂ ਪੰਜਾਬ ਦੀਆਂ ਲਗਭਗ ਵਕ ਵਕ ਜੇਲ੍ਹਾਂ ਚ ਤਕਰੀਬਨ ਸਾਰੀਆਂ ਜੇਲ੍ਹਾਂ ਜੀ ਆ ਗਿਆ ਬਈ ਸ਼ਾ ਗਿਆ ਹਰਦੀਵਾਲਾ ਜਾ ਗਿਆ ਹਰਦੀਵਾਲਾ ਦੀ ਬੱਲੇ ਬੱਲੇ ਬਾਕੀ ਸਾਰੇ ਖਾਲੇ ਹਰਦੀਵਾਲੇ ਖਾਲੇ ਮੈਨੂੰ ਕੱਲੇ ਨੂੰ ਚੱਕੀ ਚ ਬੰਦ ਕਰ ਦਿੱਤਾ ਇਹਨਾਂ ਦਾ ਹੀ ਕਿ ਏਕ ਦੇ ਕਿਸੇ ਨੂੰ ਮੈਸੇਜ ਲਾ ਕੇ ਇਲੈਕਸ਼ਨ ਚ ਔਰ ਇੱਕ ਇਹ ਵੀ ਗੱਲ ਆ ਕਿ ਜਦੋਂ ਇਹਨਾਂ ਨੇ ਫਾਇਦਾ ਲੈਣਾ ਦਾ ਜੇਲ੍ਹ ਦੇ ਵਿੱਚ ਹੀ ਸਾਰੇ ਹੀ ਲੀਡਰ ਸਾਰੀਆਂ ਪਾਰਟੀਆਂ ਦੇ ਲੀਡਰ ਜਦੋਂ ਮੇਰਾ ਫੋਨ ਚੱਲਦਾ ਸੀਗਾ ਸਾਰੀਆਂ ਪਾਰਟੀਆਂ ਦੇ ਲੀਡਰ ਮੇਰੇ ਨਾਲ ਗੱਲ ਕਰਦੇ ਰਹੇ ਕਾਂਗਰਸ ਨੇ ਜਿੱਤੇ ਜੀ ਰਾਜ ਕੁਮਾਰ ਨਹੀਂ ਚਲੇਗਾ ਨਹੀਂ ਚਲੇਗਾ ਹੋਟਾ ہمارا ਰਾਜ ਕੁਮਾਰ ਨਹੀਂ ਚਲੇਗਾ ਨਹੀਂ ਚਲੇਗਾ ਵੀ ਲਾਈਕ ਕਰ ਦਿਓ ਮੈਂ ਲਾਈਕ ਕਰਦਾ ਮਾਵਤੀ ਜੇਤੀ ਹੋ ਬਿਲਕੁਲ ਲੀਡਰ ਬਣ ਗਿਆ ਲੀਡਰ ਬਣਨ ਦਾ ਮਤਲਬ ਇਹੀ ਹੈ ਕਿ ਅਸੀਂ ਇਹ ਚੀਜ਼ ਨੂੰ ਖਤਮ ਕਰਾਂਗੇ ਲੋਕਾਂ ਦੇ ਬੱਚਿਆਂ ਤੇ ਜਿਹੜੀ ਸਿਆਸਤ ਹੁੰਦੀ ਹੈ ਉਹਨਾਂ ਦੇ ਪਹਿਲਾਂ ਪਰਚੇ ਕਰਵਾਏ ਜਾਂਦੇ ਆ ਇੱਕ ਫੋਨ ਤੋਂ ਐਸਐਚ ਨੂੰ ਕਹਿ ਦਿੱਤਾ ਜਾਂਦਾ ਕਿ ਇੱਥੇ ਪਰਚਾ ਕਰ ਦਿਓ ਦੂਜੇ ਫੋਨ ਤੇ ਕਹਿ ਦਿੱਤਾ ਚਲ ਛੱਡ ਦੇ ਯਾਰ ਇਹ ਆਪਣਾ ਬੱਚਾ ਵਾ ਉਹਨੂੰ ਬਾਅਦ ਚ ਕਹਿ ਦਿੱਤਾ ਇਲੈਕਸ਼ਨ ਚ ਯਾਰ ਸਾਡਾ ਧਿਆਨ ਰੱਖੀ ਹਾਥੀ ਨਿਸ਼ਾਨ ਹਾਥੀ ਜਿੱਤੇਗਾ ਵੀ ਜਿੱਤੇਗਾ ਹਾਥੀ ਵਾ ਤਨ ਤਨ ਬਦਲ ਦੋ ਬੇਮਾਰ ਤੋਂ ਰਾਜ ਬਣਾ ਦੋ ਮੈਨੋਂ ਕੋ ਰਾਜਪਦਨ ਤੋਂ ਅਸੀਂ ਅਸਲ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਇੱਕ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਉਮੀਦਵਾਰ ਦਾ ਪਿਛੋਕੜ ਅਪਰਾਧਿਕ ਗਤੀਵਿਧੀਆਂ ਤੋਂ ਹੈ ਦੱਸਣਾ ਚਾਹਾਂਗੇ सोनू ਬੁਬਿੰਦਰ ਸਿੰਘ ਉਰਸੋਨੂ ਜੋ ਕਿ ਸਾਬਕਾ ਗੈਂਗਸਟਰ ਰਹਿ ਚੁੱਕੇ ਨੇ ਉਹਨਾਂ ਦੇ ਮਾਤਾ ਜੀ ਨੂੰ ਟਿਕਟ ਦਿੱਤੀ ਗਈ ਹੈ ਤਾਂ ਅੱਜ ਉਹਨਾਂ ਵੱਲੋਂ ਕੈਂਪੇਨ ਵੀ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕੈਂਪੇਨ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਸਾਂਝੀਆਂ ਕਰ ਰਿਹਾ ਕਿਸ ਤਰੀਕੇ ਦੇ ਨਾਲ ਉਹ ਆਪਣੇ ਸਮਰਥਕਾਂ ਦੇ ਨਾਲ ਇੱਥੇ ਨੇ ਤਾਂ ਤਾਂ ਦੱਸਣਾ ਚਾਹਾਂਗੇ ਕਿ ਪਿਛਲੇ ਲੰਬੇ ਸਮੇਂ ਤੋਂ ਅਪਰਾਧ ਦੇ ਵਿੱਚ ਇੱਕ ਵੱਡਾ ਜਿਹੜਾ ਨਾਮ ਉਹਨਾਂ ਦਾ ਰਿਹਾ ਪਰ ਅੱਜ ਸਿਆਸਤ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਹੈ ਤਾਂ ਫਿਲਹਾਲ ਕਾਫੀ ਜਿਹੜਾ ਹੈ ਪਰਿਵਾਰ ਦੇ ਲੋਕਾਂ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੈਂਪੇਨ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਦਲਵੀਰ ਕੌਰ ਉਹਨਾਂ ਦੇ ਜਿਹੜੇ ਮਦਰ ਨੇ ਉਹ ਐਸੋ ਕੈਂਪੇਨ ਕਰ ਰਹੇ ਨੇ ਤਾਂ ਅਸੀਂ ਭੁਪਿੰਦਰ ਸਿੰਘ ਸੋਨੂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਕਿ ਆਪਣੇ ਦੱਸ ਸਕਣ ਸਰ ਤੁਹਾਡੇ ਪਿਛੋਕਰ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਕਿ ਤੁਹਾਡੇ ਤੇ 40 ਪਰਚੇ ਦਰਜ ਹੋਏ ਸੀ ਕੀ ਕਹਿਣਾ ਚਾਹੋਗੇ ਪਰ ਅੱਜ ਰਾਜਨੀਤੀ ਦਾ ਤੁਸੀਂ ਹਿੱਸਾ ਬਣ ਰਹੇ ਹੋ ਹਾਂਜੀ ਮੇਰੇ ਤੇ ਪਹਿਲਾਂ ਪਰਚੇ ਰਹਿ ਚੁੱਕੇ ਪਰ ਸਾਰੇ ਪਰਚੇ ਮੇਰੇ ਕਲੀਅਰ ਨੇ ਭਰੀ ਹੋ ਚੁੱਕੇ ਨੇ ਪਰਚੇ ਉਹ ਇਦਾਂ ਲੀਡਰਾਂ ਨੇ ਨਜਾਇਜ਼ ਪਾਏ ਸੀ ਤੇ ਮਾਨਜੋ ਕੋਰ ਨੇ ਮੈਨੂੰ ਬਰੀ ਕੀਤਾ ਉਹਨਾਂ ਵਿੱਚੋਂ ਸਾਰੇ ਪਰਚਿਆਂ ਵਿੱਚੋਂ ਔਰ ਅੱਜ ਮੈਂ ਸਾਰੇ ਪਰਚਿਆਂ ਚੋਂ ਕਲੀਅਰ ਹਾਂ ਪਰ ਸਰ ਕਿੰਨਾ ਕੁ ਸਮਾਂ ਤੁਸੀਂ ਉਹਨਾਂ ਪਰਚਿਆਂ ਦੀ ਜ਼ਿੰਦਗੀ ਚ ਬਤਾ ਮੈਂ ਕਰੀਬ 7-8 ਸਾਲ ਜਿਹੜੇ ਆ ਮਤਲਬ ਇਸ ਪਰਚਿਆਂ ਦੇ ਵਿੱਚ ਉਲਝਣਾ ਚ ਪਾਇਆ ਪਿਆ ਰਿਹਾ ਜੋ ਬਲਾਰੀਆ ਦੀ ਇਲੈਕਸ਼ਨ ਹੋਈ 2007 ਜਿਹੜੀ ਇਲੈਕਸ਼ਨ ਹੋਈ ਸੀ ਉਸ ਤੋਂ ਬਾਅਦ ਇਹ ਪਰਚਿਆਂ ਦਾ ਦੌਰ ਜਿਹੜਾ ਇੰਦਰਬੀਰ ਸਿੰਘ ਬਲਾਰੀਆ ਜਿਹੜਾ ਸੀ ਐਮਐਲਏ ਹੋਰ ਵੀ ਜਿਹੜੇ ਕਈ ਲੀਡਰ ਸੀ ਜਿਹੜੇ ਮੈਨੂੰ ਨਹੀਂ ਸੀ ਪਸੰਦ ਕਰਦੇ ਕਿਉਂਕਿ ਯੂਥ ਮੈਨੂੰ ਬਹੁਤ ਪਸੰਦ ਕਰਦਾ ਸੀਗਾ ਇਹਨਾਂ ਨੂੰ ਇਹ ਕਿ ਇੱਕ ਦਿਨ ਸਾਡੇ ਅੱਗੇ ਉੱਭਰ ਕੇ ਆਊਗਾ ਸਾਡੇ ਇਲੈਕਸ਼ਨ ਲੜੂਗਾ ਇਹ ਮੈਨੂੰ ਐਵੇਂ ਪਰਚਾ ਚੁਲਝਾਉਂਦੇ ਰਹੇ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਫਿਰ ਅੱਜ ਸਾਨੂੰ ਪ੍ਰਮਾਤਮਾ ਦੀ ਬਖਸ਼ਿਸ਼ ਆ ਕਿ ਸਾਨੂੰ ਬਹੁਤ ਜਨ ਸਮਾਜ ਪਾਰਟੀ ਔਰ ਕਾਲੀ ਦਲ ਵੱਲੋਂ ਸਾਂਝੇ ਉਮੀਦਵਾਰ ਐਲਾਨਿਆ ਗਿਆ ਔਰ ਅੱਜ ਅਸੀਂ ਫਿਰ ਇਹਨਾਂ ਦੇ ਸਾਹਮਣੇ ਖੜੇ ਹਾਂ ਸਰ ਕਿਹੜੀ ਕਿਹੜੀ ਧਾਰਾ 'ਚ ਤੁਹਾਡੇ ਤੇ ਪਰਚੇ ਜਿਹੜੇ ਦਰਜ ਕੀਤੇ ਗਏ ਕਿ ਕਾਫੀ ਸੰਗੀਨ ਧਾਰਾਵਾਂ ਵੀ ਨੇ ਉੱਚ ਬਿਲਕੁਲ ਜੀ ਮੇਰੇ ਤੇ ਜਿੰਨੇ ਵੀ ਪਰਚੇ ਦਰਜ ਕੀਤੇ ਗਏ ਉਹਦੇ ਵਿੱਚ ਮੇਰੇ ਤੇ ਕਿਤੇ ਵੀ ਕੋਈ ਮਤਲਬ ਸਿੱਧੀ ਮੇਰੀ ਇਨਵੋਲਵਮੈਂਟ ਨਹੀਂ ਸੀਗੀ ਮੈਨੂੰ ਜੇਲ ਤੋਂ ਲਿਆ ਲਿਆ ਕੇ ਰਿਮਾਂਡ ਤੇ ਲਿਆ ਲਿਆ ਕੇ ਪਰਚੇ ਪਾਏ ਗਏ ਮੰਨ ਲਓ ਕਿਤੇ ਵੀ ਮੈਂ ਮੌਜੂਦਾ ਕਿਤੇ ਵੀ ਨਹੀਂ ਉਹਨਾਂ ਨੂੰ ਪਾਇਆ ਗਿਆ ਜੀ ਜੀ ਤੇ جیل ਚੋਂ ਲਿਆ ਲਿਆ ਕਿ ਮੇਰੇ ਤੇ ਪਰਚੇ ਪਾਏ ਗਏ ਔਰ ਉਹ ਨਜਾਇਜ਼ ਪਰਚੇ ਸੀਗੇ ਜਿਹਦੇ ਚ ਮੈਨੂੰ ਮਾਨਯੋਗ ਅਦਾਲਤ ਨੇ ਬਰੀ ਕੀਤਾ ਉਹਦੇ ਵਿੱਚ ਇਹਨਾਂ ਨੇ ਲੜਾਈ ਝਗੜੇ ਦੇ ਵੀ ਪਰਚੇ ਸੀਗੇ ਹੋਰ ਵੀ ਕਈ ਤਰ੍ਹਾਂ ਦੀਆਂ ਤਰਾਵਾਂ ਜਿੱਚ ਐਨਡੀਪੀਐਸ ਵੀ ਸੀਗਾ ਤੇ ਲੜਾਈ ਝਗੜੇ ਦੇ ਜ਼ਿਆਦਾਤਰ ਤੁਹਾਡੇ ਤੇ ਇੱਕ ਕਤਲ ਦਾ ਪਰਚਾ ਵੀ ਦਰਜ ਕੀਤਾ ਗਿਆ ਕਿਉਂਕਿ ਉਹ ਇੱਕ ਜਿਹੜਾ ਹੈ ਉਹਦੇ ਤੇ ਕੀ ਬਣਿਆ ਮੇਰੇ ਤੇ ਇੱਕ ਨਹੀਂ ਦੋ ਕਤਲ ਦੇ ਪਰਚੇ ਦਰਜ ਕੀਤੇ ਗਏ ਪਰ ਦੋਨੋਂ ਪਰਚੇ ਅੰਦਰੋਂ ਜੇਲ੍ਹ ਚੋਂ ਲਿਆ ਕੇ ਮੇਰੇ ਤੇ ਦਰਜ ਕੀਤੇ ਗਏ ਔਰ ਜਿੰਨਾ ਪਰਿਵਾਰਾਂ ਦੇ ਪਰਚੇ ਮੇਰੇ ਤੇ ਦਰਜ ਕੀਤੇ ਗਏ ਉਹ ਪਰਿਵਾਰ ਅੱਜ ਹੀ ਮੈਨੂੰ ਮਿਲਦੇ ਵਰਤਦੇ ਆ ਉਹਨਾਂ ਨੂੰ ਪਤਾ ਕਿ ਮੈਂ ਬਿਲਕੁਲ ਉਹਨਾਂ ਪਰਚੇ ਨਿਰਦੋਸ਼ ਆ ਜੇ ਮੈਂ ਉਹਨਾਂ ਦੇ ਪਰਿਵਾਰ ਨਾਲ ਜਾਂ ਉਹਨਾਂ ਦੇ ਜੀ ਦਾ ਐਵੇਂ ਦਾ ਕੋਈ ਹਰਕਤ ਕੀਤੀ ਹੋਵੇ ਤਾਂ ਮੈਨੂੰ ਕਦੀ ਵੀ ਪਸੰਦ ਨਾ ਕਰਦੇ ਉਹਦੇ ਵਿੱਚ ਗੁਰਦੀਪ ਭਲਵਾਨ ਦੇ ਵੀ ਵੀ ਕਤਲ ਜਿਹੜਾ ਮੇਰੇ ਤੇ ਪਾਇਆ ਗਿਆ ਗੁਰਦੀਪ ਭਲਵਾਨ ਦਾ ਪਰਿਵਾਰ ਉਹਨਾਂ ਦੇ ਵਾਈਫ ਉਹਨਾਂ ਦੇ ਬੱਚੇ ਮੈਨੂੰ ਅੱਜ ਵੀ ਵਧੀਆ ਤਰੀਕੇ ਨਾਲ ਮਿਲਦੇ ਨੇ ਪਰਿਵਾਰ ਵਾਂਗੂ ਮਿਲਦੇ ਨੇ ਐਵੇਂ ਇੱਕ ਸਾਡੇ ਉੱਤੇ ਗੁੱਜਰਪੁਰ ਦੇ ਇੱਕ ਕਤਲ ਚ ਮੈਨੂੰ ਜੋੜਿਆ ਗਿਆ ਉਹਨਾਂ ਦਾ ਵੀ ਸਾਰਾ ਪਰਿਵਾਰ ਮੈਨੂੰ ਬੱਚਿਆਂ ਵਾਂਗੂ ਸਮਝਦਾ ਔਰ ਮੈਨੂੰ ਪਰਿਵਾਰਕ ਤੌਰ ਤੇ ਮਿਲਦੇ ਆ ਜੇ ਮੇਰੇ ਜੇ ਉਹਨਾਂ ਦੇ ਮਨ ਚ ਹੋਵੇ ਕਿ ਮੈਂ ਉਹਨਾਂ ਨਾਲ ਐਵੇਂ ਦਾ ਕੁਝ ਕੀਤਾ ਵਾ ਤੇ ਉਹ ਮੈਨੂੰ ਕਦੀ ਵੇਖਣਾ ਵੀ ਪਸੰਦ ਨਾ ਕਰਨ ਇਸ ਕਰਕੇ ਕਲੀਅਰ ਆ ਮੈਨੂੰ ਪਤਾ ਕਿ ਜੋ ਦੋਨੋਂ ਪਰਚੇ ਨੇ ਮੇਰੇ ਤੇ ਬਿਲਕੁਲ ਨਜਾਇਜ਼ ਪਏ ਪਰ ਤੁਰ ਕਿਹਾ ਗਿਆ ਸੀ ਕਿ ਕਾਫੀ ਜ਼ਿਆਦਾ ਮਾਰਪੀਟ ਤੁਸੀਂ ਕਰਦੇ ਹੋ ਲੜਾਈ ਝਗੜੇ ਬਹੁਤ ਕਰਦੇ ਹੋ ਇਸ ਤਰ੍ਹਾਂ ਦੇ ਤੁਹਾਡੇ ਤੇ ਐਲੀਗੇਸ਼ਨ ਸਾਰੇ ਲੱਗਦੇ ਰਹੇ ਆ ਇੱਥ ਗੇ ਉਹਦੇ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਲੋਕਾਂ ਕੋ ਫਰੋਤੀ ਵੀ ਮੰਗਦੇ ਹੋ ਬਿਲਕੁਲ ਜੀ ਮੇਰੇ ਤੇ ਫਰੋਤੀ ਦੇ ਇੱਕ ਵੀ ਪਰਚਾ ਨਹੀਂਗਾ ਸ਼ਹਿਰ ਦਾ ਕੋਈ ਵੀ ਥਾਣਾ ਜਾਂ ਕੋਈ ਵੀ ਮਨਨ ਸ਼ਹਿਰ ਦਾ ਸ਼ੌਕਾਰਜੋ बिजनेसमੈਨ ਅੱਜ ਤੱਕ ਕਦੀ ਵੀ ਕੋਈ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਮੇਰੇ ਖਿਲਾਫ ਕੋਈ ਕੰਪਲੇਂਟ ਕੀਤੀ ਹੋਵੇ ਜਾਂ ਮੇਰੇ ਵੱਲੋਂ ਉਹਨਾਂ ਨੂੰ ਕੋਈ ਧਮਕਾ ਕੇ ਕੋਈ ਫਰੋਤੀ ਲਈ ਗਈ ਹੋਵੇ ਜਾਂ ਕੋਈ ਐਵੇਂ ਦੀ ਉਹਨਾਂ ਨੂੰ ਕੋਈ ਕਾਲ ਪਰ ਹਰਿੰਦਰ ਪਰਚਾ ਵੀ ਦਰਜ ਨਹੀਂ ਬਿਲਕੁਲ ਹੈ ਰੋਇੰਦੇ ਪਰਚੇ ਵੀ ਇਹਨਾਂ ਨੇ ਮੇਰੇ ਤੇ ਅੰਦਰੋਂ ਲਿਆ ਕੇ ਪਾਏ ਸੀ ਉਹ ਸਾਰੇ ਮੇਰੇ ਪਰਚੇ ਇਹਨਾਂ ਨੇ ਮੇਰੇ ਤੇ 8 ਤੋਂ 9 ਪਰਚੇ ਸੀਗੇ ਜਿਨ੍ਹਾਂ ਦੇ ਵਿੱਚ ਦੋ ਤਿੰਨ ਡਿਸਚਾਰਜ ਕਰਨੇ ਪਏ ਇਹਨਾਂ ਨੂੰ ਬਾਕੀ ਮੈਨੂੰ ਕੋਰ ਨੇ ਬਰੀ ਕੀਤਾ ਉਹਨਾਂ ਦੀ ਤੇ ਪਰ ਜਿਸ ਤਰ੍ਹਾਂ ਕਿ ਕੋਹ ਦੁਨੀਆ ਹੁੰਦੀ ਹੈ ਤੇ ਇੱਕ ਇਹ ਦੁਨੀਆ ਹੈ ਕਿੰਨਾ ਫਰਕ ਸਮਝ ਦੇ ਦਵਾਂ ਉਹ ਦੁਨੀਆ ਵੀ ਜਿਹੜੀ ਉਹ ਮੇਰੀ ਪਸੰਦ ਨਹੀਂ ਸੀਗੀ ਉਹ ਚ ਧੱਕੇ ਨਾਲ ਮੈਨੂੰ ਧੱਕੇ ਲਿਆ ਗਿਆ ਸੀਗਾ ਵੈਸੇ ਤਾਂ ਮੈਂ ਸ਼ੁਰੂ ਤੋਂ ਹੀ ਮਤਲਬ ਸਮਾਜ ਦੀ ਆਪਣੇ ਪਰਿਵਾਰ ਦੀ ਆਪਣੇ ਜੀਆਂ ਦੀ ਆਪਣੇ ਇਲਾਕੇ ਦੀ ਸੇਵਾ ਕਰਕੇ ਖੁਸ਼ ਸੀਗਾ ਪਰ ਫਿਰ ਚਲੋ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਜੋ ਇਹਨਾਂ ਨੇ ਮੈਨੂੰ ਉਹ ਜਾਲ ਚ ਫਸਾਇਆ ਸੀਗਾ ਮੈਂ ਉਹ ਚੋਂ ਨਿਕਲ ਕੇ ਅੱਜ ਫਿਰ ਸਮਾਜ ਦੇ ਵਿੱਚ ਖੜਾ ਹਾਂ ਔਰ ਸਮਾਜ ਦੀ ਸੇਵਾ ਲਈ ਅੱਜ ਵੀ ਹਾਜ਼ਰ ਹਾਂ ਹੁਣ ਮੁਖ ਟੀਚਾ ਕੀ ਹੋਏਗਾ ਰਾਜਨੀਤੀ ਚ ਆ ਕੇ ਕਿਉਂਕਿ ਕਿ ਰਾਜਨੀਤੀ ਇੱਕ ਡਿਫਰੈਂਟ ਪਲੇਟਫਾਰਮ ਹੁੰਦਾ ਤਾਂ ਇਹਦੇ ਚ ਹੁਣ ਆ ਕੇ ਤੁਹਾਡਾ ਟੀਚਾ ਕੀ ਹੈ ਰਾਜਨੀਤੀ ਚ ਆਉਣ ਦਾ ਸਾਡਾ ਜਿਹੜਾ ਪਹਿਲਾ ਮਕਸਦ ਹੈ ਜਿਹੜਾ ਤਾਂ ਮਤਲਬ ਸਾਡੇ ਬੱਚਿਆਂ ਨੂੰ ਕਿਹਾ ਜਾਂਦਾ ਕਿ ਜਿੱਦ ਇੱਕ ਵਾਰੀ ਪਰਚਾ ਹੋ ਗਿਆ ਉਹ ਦੁਬਾਰਾ ਇਲੈਕਸ਼ਨ ਨਹੀਂ ਲੜ ਸਕਦਾ ਉਹ ਮਤਲਬ ਸਮਾਜ ਦਾ ਹਿੱਸਾ ਹੀ ਨਹੀਂ ਰਹਿ ਜਾਂਦਾ ਉਹਨੂੰ ਅ ਤਰ੍ਹਾਂ ਤਰ੍ਹਾਂ ਦੇ ਮਤਲਬ ਨਾਵਾ ਨਾ ਬੁਲਾਇਆ ਜਾਂਦਾ ਗੈਂਗਸਟਰ ਕਿਹਾ ਜਾਂਦਾ ਕਿਸੇ ਨੂੰ ਕੁਛ ਕਿ ਆ ਜਾਂਦਾ ਗੁੰਡਾ ਕਿ ਆ ਜਾਂਦਾ ਬੜਾ ਕੁਛ ਕਿ ਆ ਜਾਂਦਾ ਔਰ ਲੀਡਰਾਂ ਦਾ ਮਤਲਬ ਇਹੀ ਟੀਚਾ ਹੁੰਦਾ ਕਿ ਇਸ ਬੱਚੇ ਨੂੰ ਦੁਬਾਰਾ ਜਿਹੜਾ ਰਾਜਨੀਤਿਕ ਮੈਦਾਨ ਚ ਨਾ ਆਉਣ ਦਿੱਤਾ ਜਾਵੇ ਔਰ ਮੇਰਾ ਇਹੀ ਮੈਸੇਜ ਆ ਸਾਰੇ ਜਿਹੜੇ ਮੁੰਡੇ ਅੰਦਰ ਵੀ ਨੇ ਯੂਥ ਜੋ ਅੰਦਰ ਵੀ ਹੈ ਜਿਹੜੇ ਗੈਂਗਸਟਰ ਵੀ ਨੇ ਕਿ ਤੁਸੀਂ ਕਿਸੇ ਟਾਈਮ ਵੀ ਆਪਣਾ ਜੀਵਨ ਜਿਹੜਾ ਤਬਦੀਲ ਕਰ ਸਕਦੇ ਹੋ ਔਰ ਜਦੋਂ ਮਰਜ਼ੀ ਆਪਣੇ ਆਪ ਚ ਬਦਲਾ ਲਿਆ ਕਿ ਤੁਸੀਂ ਰਾਜਨੀਤਿਕ ਚ ਆ ਸਕਦੇ ਹੋ ਕਿਸੇ ਵੀ ਮਤਲਬ ਸਮਾਜਿਕ ਸੰਗਠਨ ਚ ਵੀ ਆ ਸਕਦੇ ਹੋ ਔਰ ਸਮਾਜ ਦੀ ਸੇਵਾ ਕਰ ਸਕਦੇ ਹੋ ਇਹ ਲੀਡਰਾਂ ਨੇ ਲੋਕਾਂ ਦੇ ਮਨ ਚ ਇੱਕ ਵਹਿਮ ਪਾਇਆ ਹੋਇਆ ਕਿ ਤੁਹਾਡੇ ਬੱਚੇ ਜਿਹੜੇ ਆ ਜਿੱ ਖਰਚਾ ਹੋ ਗਿਆ ਉਹ ਦੁਬਾਰਾ ਨਹੀਂ ਆ ਸਕਦਾ ਕਿ ਲੀਡਰਾਂ ਦੇ ਬੱਚਾ ਦੇ ਪਰਚੇ ਨਹੀਂ ਹੁੰਦੇ ਲੀਡਰਾਂ ਦੇ ਪਰਚੇ ਨਹੀਂ ਹੁੰਦੇ ਲੀਡਰ ਵੀ ਤਾਂ ਇਲੈਕਸ਼ਨ ਲੜਦੇ ਹੀ ਆ ਫਿਰ ਲੋਕਾਂ ਦਾ ਬੱਚਾ ਨੂੰ ਕਿਉਂ ਗਲਤ ਗਾਈਡ ਕਰਦੇ ਕਿ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਜਾਂ ਹੀ ਇਲੈਕਸ਼ਨ ਲੜ ਸਕਦੇ ਆ ਵੇਖੋ ਜੋ ਪਰਚੇ ਹੋਏ ਸੀ ਤੇ ਸਾਨੂੰ ਅਦਾਲਤਾਂ ਨੇ ਬਰੀ ਵੀ ਕੀਤਾ ਜੇ ਇਹ ਇਹ ਜਿਹੜੇ ਲੀਡਰ ਆ ਪਤਾ ਨਹੀਂ ਕੋਈ ਦੋ ਕਲਾਸਾਂ ਪੜ੍ਹਿਆ ਕਿ ਨਹੀਂ ਪੜ੍ਹਿਆ ਉਹਨਾਂ ਜਿਹੜੇ ਮਾਨਯੋਗ ਅਦਾਲਤਾਂ ਨੇ ਉੱਥੇ ਜੱਜ ਸਾਹਿਬ ਬੈਠੇ ਨੇ ਉਹਨਾਂ ਨੇ ਡਿਗਰੀਆਂ ਕੀਤੀਆਂ ਨੇ ਉਹਨਾਂ ਨੇ ਮੈਨੂੰ ਬਰੀ ਕੀਤਾ ਇਹ ਕਹੀ ਜਾਣ ਲੱਖ ਵਾਰੀ ਮੈਨੂੰ ਗੈਂਗਸਟਰ ਕਹੀ ਜਾਣ ਗੁੰਡਾ ਕਹੀ ਜਾਣ ਇਹਨਾਂ ਦੇ ਕਹਿਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਜਦੋਂ ਕੋਈ ਮੰਤਰੀ ਬਣਿਆ ਕੋਈ 4 ਕਲਾਸਾਂ ਪੜ੍ਹਿਆ ਕੋਈ 6 ਕਲਾਸਾਂ ਪੜ੍ਹਿਆ ਉਹਨਾਂ ਨੇ ਡਿਗਰੀਆਂ ਕੀਤੀਆਂ ਡਿਗਰੀਆਂ ਕਰਕੇ ਉਹ ਜੱਜ ਲੱਗੇ ਪਏ ਉਹਨਾਂ ਨੇ ਮੈਨੂੰ ਬਰੀ ਕੀਤਾ ਵਾ ਇਹ ਇਹ ਉਹਨਾਂ ਤੋਂ ਜ਼ਿਆਦਾ ਕੋ ਸਿਆਣੇ ਨਹੀਂਗੇ ਕਿੰਨੀ ਕਿ ਜੀਵਨ ਦਾ ਫਰਕ ਹੈ ਹੁਣ ਕਿ ਤੁਹਾਡੀ ਜੀਵਨ ਚ ਤੁਸੀਂ ਕਿਆ ਬਦਲਾਵ ਦੀ ਗੱਲ ਕੀਤੀ ਹੈ ਤੁਹਾਡੇ ਜੀਵਨ ਚ ਕਿੰਨਾ ਕ ਬਦਲਾਵ ਹੈ ਕਿ ਕੋ ਸਮਾਂ ਸੀ ਜਦੋਂ ਕਿ ਇੱਕ ਬੰਦਾ ਭੱਜਦਾ ਫਿਰਦਾ ਹੈ ਅਕਸਰ ਪੁਲਿਸ ਦਾ ਡਰ ਹੁੰਦਾ ਹੈ ਤਾਂ ਹੁਣ ਕਿਸ ਤਰ੍ਹਾਂ ਦਾ ਜੀਵਨ ਹੈ ਉਹਦੇ ਬਾਰੇ ਦੱਸੋਗੇ ਨਹੀਂ ਪ੍ਰਸ਼ਾਸਨ ਵੱਲੋਂ ਤਾਂ ਮੈਨੂੰ ਬਹੁਤ ਬਹੁਤ ਵਧੀਆ ਜਿੱਥੇ ਵੀ ਕੋਈ ਅਫਸਰ ਬੁਲਾਉਂਦਾ ਵਾ ਉਹ ਮੇਰੇ ਹੱਕ ਦੀ ਗੱਲ ਕਰਦੇ ਆ ਮੇਰੇ ਤਰਫ ਦੀ ਗੱਲ ਕਰਦੇ ਆ ਕਿ ਠੀਕ ਹੈ ਤੇਰੇ ਨਾਲ ਪਹਿਲਾਂ ਜੋ ਵੀ ਹੋਇਆ ਜਾਂ ਉਹ ਧੱਕਾ ਸੀਗਾ ਜੋ ਵੀ ਹੋਇਆ ਅਸੀਂ ਅ 2-4 ਦਿਨ ਦੀ ਗੱਲ ਹੈ ਡੀਸੀਪੀ ਭੰਡਾਲ ਸਾਹਿਬ ਨੇ ਮੈਨੂੰ ਬੁਲਾਇਆ ਸੀ ਉਹਨਾਂ ਬਹੁਤ ਵਧੀਆ ਮੇਰੇ ਨਾਲ ਗੱਲ ਕੀਤੀ ਕਿ ਤੇਰੇ ਜੀਵਨ ਤੋਂ ਅਸੀਂ ਬਹੁਤ ਖੁਸ਼ ਆ ਤੂੰ ਜਿਵੇਂ ਜੀ ਆਪਣੀ ਲਾਈਫ ਬਤੀਤ ਕਰ ਰਿਹਾ ਵਾ ਕਿੰਨੇ ਸਾਲ ਤੋਂ ਤੁਸੀਂ ਜੇਲ੍ਹ ਚ ਕਿੰਨੇ ਸਾਲ ਰਹੇ ਹੋ ਮੈਂ ਜੇਲ੍ਹ ਚ ਕਰੀਬ 8 ਸਾਲ ਦੇ ਕਰੀਬ ਰਿਹਾ ਹਾਂ 8 ਸਾਲ ਜੇਲ੍ਹ ਚ ਹਾਂ ਕਿੰਨੀਆਂ-ਕਿੰਨੀਆਂ ਜੇਲਾਂ ਚ ਰਹੇ ਜੇ ਪੰਜਾਬ ਦੀਆਂ ਪੰਜਾਬ ਦੀਆਂ ਲਗਭਗ ਵਕ-ਵਕ ਜੇਲਾਂ ਚ ਤਕਰੀਬਨ ਸਾਰੀਆਂ ਜੇਲਾਂ ਜੀ ਹੂੰ ਸਾਰੀਆਂ ਜ਼ਿਲ੍ਹਾ ਜੇ ਇੱਕੋ ਇੱਕ ਮੈਨੂੰ ਟਿਕਨ ਨਹੀਂ ਹੀ ਦਿੰਦੇ ਜਿੱਥੇ ਮੈਂ ਮਹੀਨਾ ਦੋ ਮਹੀਨੇ ਰਹਿਣਾ ਸੀਗਾ ਪਿੱਛੋਂ ਕਦੀ ਬਲਾਰੀਆ ਸਾਹਿਬ ਦਾ ਫੋਨ ਆ ਜਾਂਦਾ ਹੈ ਕਦੀ ਕਿਸੇ ਦਾ ਫੋਨ ਆ ਜਾਂਦਾ ਹੈ ਇਵਨ ਕਿ ਜਦੋਂ ਇਲੈਕਸ਼ਨ ਦੌਰਾਨ ਮੈਨੂੰ ਕੱਲਿਆਂ ਨੂੰ ਚੱਕੀਆਂ ਵਿੱਚ ਬੰਦ ਕੀਤਾ ਜਾਂਦਾ ਹੈ ਰੱਜ ਕੇ ਤਸ਼ੱਦਦ ਕੀਤੀ ਜਾਂਦੀ ਮੇਰੇ ਪਰਿਵਾਰ ਨਾਲ ਗੱਲ ਵੀ ਨਹੀਂ ਕਰਨ ਦਿੱਤੀ ਜਾਂਦੀ ਮੈਨੂੰ ਕੱਲੇ ਨੂੰ ਚੱਕੀ ਚ ਬੰਦ ਕਰ ਦਿੱਤਾ ਇਹਨਾਂ ਦਾ ਹੀ ਕਿ ਇੱਕ ਤੇ ਕਿਸੇ ਨੂੰ ਮੈਸੇਜ ਲਾ ਕੇ ਇਲੈਕਸ਼ਨ ਚ ਔਰ ਇੱਕ ਇਹ ਵੀ ਗੱਲ ਹੈ ਕਿ ਜਦੋਂ ਇਹਨਾਂ ਨੇ ਫਾਇਦਾ ਲੈਣਾ ਹੁੰਦਾ ਸੀ ਜੇਲ੍ਹ ਦੇ ਵਿੱਚ ਹੀ ਸਾਰੇ ਹੀ ਲੀਡਰ ਸਾਰੀਆਂ ਪਾਰਟੀਆਂ ਦੇ ਲੀਡਰ ਜਦੋਂ ਮੇਰਾ ਫੋਨ ਚੱਲਦਾ ਸੀਗਾ ਸਾਰੀਆਂ ਪਾਰਟੀਆਂ ਦੇ ਲੀਡਰ ਮੇਰੇ ਨਾਲ ਗੱਲ ਕਰਦੇ ਰਹੇ ਕੋਈ ਵੀ ਚਾਹੇ ਉਹ ਕਾਂਗਰਸ ਜੀ ਤੁਹਾਡਾ ਮੇਰਾ ਫੋਨ ਚੱਲਦਾ ਸੀ ਇਹ ਚਲਵਾਉਂਦੇ ਸੀ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਸੀ ਕਿ ਮੇਰੇ ਕੋਲ ਵੋਟ ਲੈਣੇ ਆ ਇਹ ਸਾਰੇ ਹੀ ਲੀਡਰ ਮੇਰੇ ਨਾਲ ਗੱਲ ਕਰਦੇ ਰਹੇ ਚਾਹੇ ਉਹ ਕਾਂਗਰਸ ਦਾ ਚਾਹੇ ਉਹ ਭਾਜਪਾ ਦਾ ਚਾਹੇ ਕੋਈ ਵੀ ਇਹ ਸਾਰੇ ਮੇਰੇ ਨਾਲ ਜ ਮਤਲਬ ਤੁਹਾਨੂੰ ਵਰਤਿਆ ਜਾਂਦਾ ਸੀ ਬਿਲਕੁਲ ਮੈਨੂੰ ਨਹੀਂ ਵਰਤਿਆ ਜਾਂਦਾ ਹਰ ਯੂਥ ਦੇ ਹਰ ਹਰ ਯੂਥ ਨੂੰ ਵਰਤਿਆ ਜਾਂਦਾ ਜਿਹੜਾ ਅੱਜ ਜੇਲ੍ਹ ਚ ਬੈਠਾ ਵਾ ਜਿਨ੍ਹਾਂ ਦੇ ਪਰਚੇ ਹਰ ਕਿਸੇ ਨੂੰ ਵਰਤਿਆ ਜਾਂਦਾ ਪਰ ਬਾਹਰ ਆ ਕੇ ਤੇ ਬਹੁਤ ਸਾਰੇ ਲੀਡਰਸ ਕਹਿੰਦੇ ਨੇ ਅਸੀਂ ਤੁਹਾਨੂੰ ਗੈਂਗਸਟਰਾਂ ਤੋਂ ਬਚਾਵਾਂਗੇ ਇਹ ਗੱਲ ਇੱਕ ਸਾਫ਼ ਕਹੀ ਜਾਂਦੀ ਉਹ ਗੈਂਗਸਟਰਾਂ ਤੋਂ ਬਚਾਵਾਂਗੇ ਕਿਉਂਕਿ ਗੈਂਗਸਟਰ ਉਹਨਾਂ ਉਹਨਾਂ ਦਾ ਹੀ ਸੱਜਾ ਖੱਬਾ ਹੱਥ ਨੇ ਜਿਵੇਂ ਸ਼ਹਿਰ ਚ ਕਾਲ ਆਉਂਦੀ ਆ ਫਰੋਤੀਆਂ ਮੰਗੀਆਂ ਜਾਂਦੀਆਂ ਵਾ ਤੇ ਲੀਡਰ ਹੀ ਉਹਨਾਂ ਨੂੰ ਸ਼ਹਿਦ ਦਿੰਦੇ ਨੇ ਨਹੀਂ ਤੇ ਗੈਂਗਸਟਰ ਦਾ ਕੀ ਮਤਲਬ ਕਿ ਅੰਦਰ ਫੋਨ ਚੱਲ ਜਾਏ ਕਿਸੇ ਦਾ ਤੁਹਾਨੂੰ ਤੁਸੀਂ ਖੁਦ ਇੱਕ ਲ ਬਿਲਕੁਲ ਲੀਡਰ ਬਣ ਗਿਆ ਲੀਡਰ ਬਣਨ ਦਾ ਮਤਲਬ ਇਹੀ ਹੈ ਕਿ ਅਸੀਂ ਇਹ ਚੀਜ਼ ਨੂੰ ਖਤਮ ਕਰਾਂਗੇ ਲੋਕਾਂ ਦੇ ਬੱਚਿਆਂ ਤੇ ਜਿਹੜੀ ਸਿਆਸਤ ਹੁੰਦੀ ਹੈ ਉਹਨਾਂ ਦੇ ਪਹਿਲਾਂ ਪਰਚੇ ਕਰਵਾਈ ਜਾਂਦੇ ਆ ਇੱਕ ਫੋਨ ਤੇ ਐਸਐਚਓ ਨੂੰ ਕਹਿ ਦਿੱਤਾ ਜਾਂਦਾ ਕਿ ਇੱਥੇ ਪਰਚਾ ਕਰ ਦਿਓ ਦੂਜੇ ਫੋਨ ਤੇ ਕਹਿ ਦਿੱਤਾ ਜਾਂਦਾ ਚੱਲ ਛੱਡ ਦੇ ਯਾਰ ਇਹ ਆਪਣਾ ਬੱਚਾ ਵਾ ਉਹਨੂੰ ਬਾਅਦ ਚ ਕਹਿ ਦਿੱਤਾ ਇਲੈਕਸ਼ਨ ਚ ਯਾਰ ਸਾਡਾ ਧਿਆਨ ਰੱਖੀ ਇਹ ਆਪਣੇ ਆਪਣੇ ਮਾਂ ਤੋਂ ਕਿੰਨਾ ਪ੍ਰਭਾਵਿਤ ਹੋ ਮੇਰੀ ਮਾਤਾ ਨੇ ਬਹੁਤ ਕਸ਼ਟ ਦੇ ਵੇਖਿਆ ਮੇਰੇ ਵਾਸਤੇ ਮੇਰੇ ਸਾਰੇ ਪਰਿਵਾਰ ਨੇ ਤੇ ਮੈਂ ਪਰਿਵਾਰ ਚ ਇਕੱਲਾ-ਇਕੱਲਾ ਫਾਦਰ ਸਾਹਿਬ ਨਹੀਂ ਹੈਗੇ ਔਰ ਇਹਨਾਂ ਨੇ ਬਹੁਤ ਮੇਰੇ ਲਈ ਕਸ਼ਟ ਵੇਖਿਆ ਔਰ ਮੇਰੀ ਮਾਤਾ ਜੀ ਦਾ ਇਸ ਕਰਕੇ ਮੈਂ ਲੈਕਚਰ ਖੁਦ ਨਹੀਂ ਲੜ ਰਿਹਾ ਆਪਣੀ ਮਾਤਾ ਜੀ ਨੂੰ ਲੜਾ ਰਿਹਾ ਔਰ ਮਾਤਾ ਮੇਰੀ ਨੂੰ ਸਾਰਾ ਹੀ ਪਤਾ ਵਾ ਕਿ ਕੀ ਕੀ ਹੁੰਦਾ ਰਿਹਾ ਕਿਵੇਂ-ਕਿਵੇਂ ਸਾਡੇ ਦੇ ਪੁਲਿਸ ਰੇਡ ਨਜਾਇਜ਼ ਕਰਦੀ ਦੀ ਲੀਡਰਾਂ ਦੇ ਦਬਾਅ ਹੇਠ ਆ ਕੇ ਕਿਵੇਂ ਸਾਡੇ ਪਰਿਵਾਰ ਨੂੰ ਤੰਗ ਕੀਤਾ ਗਿਆ ਔਰ ਇਹ ਮਾਤਾ ਜੀ ਮੇਰੇ ਸਾਰੇ ਜੋ ਸਾਡੇ ਨਾਲ ਹੁੰਦਾ ਰਿਹਾ ਆਉਣ ਵਾਲੇ ਸਮੇਂ ਕਿਸੇ ਪਰਿਵਾਰ ਨੇ ਇਦਾਂ ਨਹੀਂ ਹੋਣ ਦਿੱਤਾ ਜਾਊਗਾ ਮਾਤਾ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡਾ ਬੇਟਾ ਦੱਸਿਆ ਕਿ ਪਿਛਲਾ ਪਿਛੋਕੜ ਬਾਰੇ ਪੂਰੀ ਜਾਣਕਾਰੀ ਦੱਸੀ ਹੈ ਕੀ ਕਹਿਣਾ ਚਾਹੋਗੇ ਅੱਜ ਅੱਜ ਇਹ ਜੋ ਅਭੀ ਕੁਛ ਹਟਿਆ ਨਾ ਹੋਇਆ ਮੇਰੇ ਬੇਟੇ ਨੇ ਸਾਰਾ ਕੁਝ ਬਤਾਇਆ ਆਦਤ ਸੇ ਆਵਾ ਅਹੀਂ ਬਹੁਤ ਬਹੁਤ ਤੱਕੇ ਖਾਦੇ ਇਹਦੇ ਮਗਰ ਕਿੱਥੇ ਕਿੱਥੇ ਜੇਲਾਂ ਦੇ ਵਿੱਚ ਪਤਾ ਦੇਂਦੇ ਰਹੇ ਉੱਥੇ ਉੱਥੇ ਹੀ ਅਹੀਂ ਜਾਂਦੇ ਰਹਾਂ ਕਈ ਵਾਰੀ ਹਟੇ ਜਾਂਦਿਆਂ ਦੀ ਮੁਲਾਕਾਤਾਂ ਹੀ ਲੇਟ ਹੋ ਜਾਣਾ ਸਾਡੀ ਮੁਲਾਕਾਤ ਵੀ ਇਹ ਨਾ ਹੋਣ ਨਾ ਦੇਣੀ ਪੇਟਾ ਦਾ ਟਾਈਮ ਨੰਗ ਗਿਆ ਵਾ ਤੁਸੀਂ ਐਨੇ ਵਜੇ ਨਹੀਂ ਆਏ ਐਨੇ ਵਜੇ ਨਹੀਂ ਆਏ ਲੀਡਰ ਬਣ ਕੇ ਸੁਪਨਾ ਕੀ ਹੋਏਗਾ ਤੁਹਾਡਾ ਲੀਡਰ ਬਣ ਕੇ ਸਾਡਾ ਸੁਪਨਾ ਇਹ ਆ ਪਹਿ ਅਸੀਂ ਆਪਣੇ ਸਮਾਜ ਦੀ ਪੂਰੀ ਸੇਵਾ ਕਰਾਂਗੇ ਇਸ ਪੂਰੇ ਸਮਾਜ ਨੂੰ ਸੁਧਾਰਾਂਗੇ ਜਿਹੜਾ ਬੱਚਾ ਗਲਤ ਜਿਹਦੇ ਨਾਲ ਹੋਏਗਾ ਉਹਨੂੰ ਅਸੀਂ ਗਲਤ ਨਹੀਂ ਹੋਣ ਦਵਾਗੇ ਮੇਰੇ ਬੱਚੇ ਨਾਲ ਬਹੁਤ ਗਲਤ ਹੋਇਆ ਵਾ ਵੀ ਘੱਟ ਤੋਂ ਘੱਟ ਨਹੀਂ ਤੇ ਬਹੁਤ ਜ਼ਿਆਦਾ ਥੋੜਾ ਵੀ ਨਹੀਂ ਇਹਨਾਂ ਕੋਈ ਚ ਨਕੀਤਾ ਨਹੀਂ ਜਿੰਨਾ ਕੋਈ ਚ ਇਹਨਾਂ ਹੋਇਆ ਵਾ ਤਾਂ ਅਸੀਂ 8 ਸਾਲ 8 ਸਾਲ ਜੇਲ੍ਹ ਚ ਰਹੇ ਹਾਂ ਜੀ 8 ਸਾਲ ਇਹ ਜੇਲ੍ਹ ਚ ਰਹਾ ਇਨਾ ਕੁਛ ਹੋਇਆ ਨਹੀਂ ਜਿੰਨਾ ਕੁਛ ਇੰਨੇ ਸਿਆਵਾ ਤੇ ਜਾਂ ਦੇ ਪਰਿਵਾਰ ਨੇ ਮਗਰੋਂ ਸਿਆਵਾ ਜੋ ਕਿ ਨਾ ਕੁਛ ਤੇ ਸਾਨੂੰ ਪਤਾ ਵਾ ਤੇ ਬਾਕੀ ਇਹਦੀ ਇਹ ਆਪਾਂ ਸਿੱਖਿਆ ਬੱਚੇ ਨੂੰ ਇਹ ਆ ਇਹਦੇ ਪਿਓ ਦੀ ਵੀ ਸਿੱਖਿਆ ਹੋਈ ਸੀ ਮਤਲਬ ਕਿ ਗਰੀਬ ਪਰਿਵਾਰ ਦੀ ਸੇਵਾ ਕਰਨੀ ਆਪਣੇ ਸਮਾਜ ਦੀ ਸੇਵਾ ਕਰਨੀ ਉਹ ਕੁਛ ਹੀ ਅਹੀਂ ਮਾਪੋਤੋਂ ਕਰ ਲਿਆ ਤੇ ਸਾਡਾ ਹੁੰਦਾ ਵੀ ਜਿੱਥੇ ਵੀ ਸਾਡੇ ਕੋਲ ਕੋ ਗਾੜੀ ਆ ਕੇ ਖਲੋ ਜਾਂਦਾ ਵਾ ਜਦੋਂ ਕਿ ਸਾਨੂੰ ਕੰਮ ਕਾਇਦ ਜਾਂਦਾ ਸਾਨੂੰ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੁੰਦੀ ਆ ਵੀ ਇਹਦਾ ਕੰਮ ਰੁਕਣਾ ਨਹੀਂ ਚਾਹੀਦਾ ਭਾਵੇਂ ਅਸੀਂ ਪੱਲਿਓਂ ਲਾ ਕੇ ਕਰੀਏ ਅਸੀਂ ਕੰਮ ਉਹਦਾ ਸਵਾਰਦੇ ਆਂ ਵਿਗਾੜਦੇ ਨਹੀਂ ਕਹਿੰਦੇ ਕਿ ਕਈ ਵਾਰ ਜਿਹੜਾ ਪਿਸ਼ੋਕੜ ਜਿਹੜਾ ਹੁੰਦਾ ਉਹ ਛੱਡਦਾ ਨਹੀਂ ਹੈ ਕਿ ਸਮਝੋ ਕਿ ਤੁਹਾਡੇ ਮੌਜੂਦਾ ਜ਼ਿੰਦਗੀ 'ਚ ਤੁਹਾਡਾ ਪਿਸ਼ੋਕੜ ਅੱਗੇ ਆ ਰਿਹਾ ਹੈ ਲੈ ਬਿਲਕੁਲ ਜੀ ਪਸ਼ੋਕਰ ਦੇ ਵਿੱਚ ਤਾਂ ਇਹ ਹੁੰਦਾ ਨਾ ਕਿ ਜੇ ਉਹ ਤਾਂ ਨਹੀਂ ਛੱਡਦਾ ਕਿ ਜੇ ਅਸੀਂ ਕਿਸੇ ਨਾਲ ਗਲਤ ਕੀਤਾ ਹੋਵੇ ਮੈਂ ਕਦੀ ਕਿਸੇ ਨਾਲ ਗਲਤ ਕੀਤਾ ਨਹੀਂ ਅੱਜ ਵੀ ਮੈਂ ਕੱਲਾ ਘੁੰਮਦਾ ਸ਼ਹਿਰ ਦੇ ਵਿੱਚ ਕਿਸੇ ਟਾਈਮ ਮੈਂ ਸਕੂਟਰ ਐਕਟਿਵਾ ਤੇ ਵੀ ਘੁੰਮਦਾ ਵਾਂ ਗੱਡੀ ਤੇ ਵੀ ਕੱਲਾ ਘੁੰਮਦਾ ਜੇ ਮੇਰੇ ਮਨ 'ਚ ਕੋਈ ਡਰ ਹੋਵੇ ਕੋਈ ਵਹਿਮ ਹੋਵੇ ਕੋਈ ਪਾਪ ਹੋਵੇ ਮੈਂ ਵੀ 20 25 25 ਬੰਦੇ ਲੈ ਕੇ ਹਥਿਆਰ ਨਾਲ ਲੈ ਕੇ ਚੱਲਾਂ ਬੜਾ ਕੁਝ ਨਾਲ ਲੈ ਕੇ ਚੱਲਾਂ ਜਾਂ ਹਥਿਆਰ ਨਹੀਂ ਧੜਕੋ ਮੈਂ ਕੁਝ ਨਹੀਂ ਲੈ ਕੇ ਚੱਲਦਾ ਖਾਲੀ ਹੱਥ ਚੱਲਦਾ ਨਾਂ ਮੇਰੇ ਪਰਿਵਾਰ 'ਚ ਕੋਈ ਲਾਇਸੈਂਸ ਆ ਅੱਜ ਵੀ ਪਰਿਵਾਰ 'ਚ ਨੋਰਮਲ ਲਾਈਫ ਕਿਉਂਕਿ ਮੈਂ ਕਿਸੇ ਨਾਲ ਕ ਜ਼ਰੂਰ ਹੋਇਆ ਹੋਏਗਾ ਕਿ ਕਿਉਂਕਿ ਤੁਹਾਡੇ ਤੇ ਪਰਚੇ ਬਿਲਕੁਲ ਸਵਾਲ ਹੋਇਆ ਫਿਰ ਵੈਰੀਫਾਈ ਹੋਇਆ ਸਾਰਾ ਕੁਝ ਹੋਇਆ ਜਦੋਂ ਉਹਨਾਂ ਨੇ ਕਲੀਅਰ ਹੋ ਗਿਆ ਸਾਰਾ ਵੇਖੋ ਪਾਰਟੀਆਂ ਦਾ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੇ ਸਾਰਾ ਆਪਣੇ ਤੌਰ ਤੇ ਵੈਰੀਫਾਈ ਕਰਕੇ ਜਦੋਂ ਉਹਨਾਂ ਨੂੰ ਕਲੀਅਰ ਹੋਇਆ ਕਿ ਇਦਾਂ ਜੋ ਕੁਝ ਹੋਇਆ ਨਾਜਾਇਜ਼ ਹੈ ਫਿਰ ਸਾਨੂੰ ਟਿਕਟ ਮਿਲੀ ਔਰ ਮੇਰੇ ਸਾਰੇ ਪਰਚਿਆਂ 'ਚ ਮੈਂ ਬਰੀ ਹਾਂ ਕਿਤੇ ਉਹ ਮੈਨੂੰ ਸਜ਼ਾ ਨਹੀਂ ਹੋਈ ਅਜੇ ਤੱਕ ਹਰ ਪਰਚੇ 'ਚ ਮੈਂ ਬਰੀ ਹਾਂ ਔਰ ਜਿਹੜੇ 2-4 ਪਰਚੇ ਰਹਿ ਰਹੇ ਨੇ ਉਹ ਕੋਵਿਡ ਕਰਕੇ ਜਿਹੜੇ ਪਰਚੇ ਜਿਹੜੇ ਤਰੀਕਾ ਬੰਦ ਹੋ ਗਏ ਸੀ ਨਹੀਂ ਤੇ ਉਹ ਵੀ ਪਰਚੇ ਮੇਰੇ ਬਰੀ ਹੋਣ ਵਾਲ ਅਸੀਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਮਾਤਾ ਜੀ ਨੂੰ ਅਕਾਲੀ ਬਸਪਾ ਤੋਂ ਸਾਂਝੇ ਉਮੀਦਵਾਰ ਐਲਾਨਿਆ ਗਿਆ ਹਲਕਾ ਸੈਂਟਰ ਤੋਂ ਅੰਮ੍ਰਿਤਸਰ ਤੋਂ ਤੇ ਰਾਜਨੀਤਿਕ ਐਕਸਪੀਰੀਅੰਸ ਕਿਦਾਂ ਦਾ ਹੈ ਤੁਹਾਡਾ ਕਿਉਂਕਿ ਇੱਕ ਅਲੱਗ ਜਿਹਾ ਐਕਸਪੀਰੀਅੰਸ ਹੈ ਰਾਜਨੀਤੀ ਦਾ ਰਾਜਨੀਤੀ ਵੇਖੋ ਇਹਨਾਂ ਨੇ ਜੋ ਕੁਝ ਮੇਰੇ ਨਾਲ ਕੀਤਾ ਮੈਨੂੰ ਸਾਰਾ ਐਕਸਪੀਰੀਅੰਸ ਇਹਨਾਂ ਬਾਰੇ ਕੀ ਕਰਦੇ ਆ ਕਿਵੇਂ-ਕਿਵੇਂ ਲੋਕਾਂ ਨੂੰ ਵਰਤਦੇ ਆ ਕਿਵੇਂ-ਕਿਵੇਂ ਲੋਕਾਂ ਨੂੰ ਖਰੀਦਦੇ ਆ ਧਮਕਾਉਂਦੇ ਆ ਖਰੀਦਿਆ ਵੀ ਜਾਂਦਾ ਧਮਕਾਇਆ ਵੀ ਜਾਂਦਾ ਉਹਦੇ ਲਈ ਇਹਨਾਂ ਨੇ ਗੁੰਡੇ ਜਦੋਂ ਧਮਕਾਉਂਦੇ ਧਮਕਾਉਣ ਆਪ ਥੋੜੀ ਆਉਂਦੇ ਇਹਨਾਂ ਨੇ ਹਰ ਲੀਡਰ ਨੇ ਆਪਣੇ ਆਪਣੇ ਗੁੰਡੇ ਰੱਖੇ ਪਏ ਆ ਔਰ ਉਹ ਜਿਹੜੇ ਵੀ ਗੁੰਡੇ ਰੱਖੇ ਪਏ ਉਹ ਮੈਨੂੰ ਇਸ ਗੱਲੋਂ ਚੁਣਵਾਬਲਾ ਕਰੋਗੇ ਉਹਨਾਂ ਦਾ ਬਿਲਕੁਲ ਕਰਾਂਗੇ ਵੇਖੋ ਜਿਹੜੇ ਗੁੰਡੇ ਆ ਉਹ ਲੀਡਰਾਂ ਦੇ ਬਣਾਏ ਹੋਏ ਗੁੰਡੇ ਆ ਉਹਨਾਂ ਨੂੰ ਵੀ ਪਤਾ ਵਾ ਔਰ ਉਹਨਾਂ ਨੂੰ ਮੇਰੇ ਬਾਰੇ ਵੀ ਪਤਾ ਸਾਡੇ ਨਾਲ ਕੋਈ ਨਹੀਂ ਆਉਂਦਾ ਔਰ ਨਾ ਹੀ ਮੇਰੇ ਕਿਸੇ ਵਰਕਰ ਨਾਲ ਕੋਈ ਆਊਗਾ ਕਿਉਂਕਿ ਅਸੀਂ ਬਿਲਕੁਲ ਇੱਕ ਸ਼ਾਂਤਮਈ ਇਲੈਕਸ਼ਨ ਲੜਨੀ ਆ ਔਰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਸਾਡੀ ਸ਼ਰਾਬ ਬਹੁਤ ਵੰਡੀ ਜਾਂਦੀ ਹੈ ਅਜਕਲ ਦੇ ਇਲੈਕਸ਼ਨਾਂ ਦੇ ਵਿੱਚ ਬੰਦੇ ਖਰੀਦੇ ਵੀ ਜਾਂਦੇ ਐਦਾਂ ਦੀ ਬਹੁਤ ਸਾਰੀ ਗੱਲਾਂ ਹੁੰਦੀਆਂ ਨਾ ਤਾਂ ਅਸੀਂ ਸ਼ਰਾਬ ਵੰਡਣੀ ਤੇ ਨਾ ਅਸੀਂ ਕਿਸੇ ਨੂੰ ਖਰੀਦਣਾ ਸਾਡਾ ਲੋਕਾਂ ਨਾਲ ਬਹੁਤ ਪ੍ਰੇਮ ਪਿਆਰ ਆ ਬਿਨਾ ਪੈਸੇ ਤੋਂ ਲੋਕ ਸਾਨੂੰ ਵੋਟ ਪਾਉਣਗੇ ਅਸੀਂ ਤੁਹਾਡੇ ਸਾਹਮਣੇ ਹੋਊਗਾ ਸਾਰਾ ਕੁਝ ਅਸੀਂ ਕਿਸੇ ਕਿਸੇ ਵੀ ਇਲਾਕੇ 'ਚ ਕੋਈ ਧਾਰੂ ਨਹੀਂ ਵੰਡਾਂਗੇ ਕੋਈ ਨਸ਼ਾ ਨਹੀਂ ਵੰਡਾਂਗੇ ਕੋਈ ਪੈਸਾ ਨਹੀਂ ਵੰਡਾਂਗੇ ਐਵੇਂ ਹੀ ਬਿਨਾ ਪੈਸੇ ਤੋਂ ਬਿਨਾ ਸ਼ਰਾਬ ਵੰਡੀ ਤੋਂ ਜਿੱਤਾਂਗੇ ਔਰ ਨਾ ਹੀ ਕਿਸੇ ਨੂੰ ਇੱਥੇ ਵੰਡਣ ਦਿੱਤੀ ਜਾਊਗੀ ਆਪਣੇ ਸਮਾਜ ਨੂੰ ਅਸੀਂ ਜਿਹੜਾ ਵਾ ਗਲਤ ਰਾਏ ਨਹੀਂ ਪੈਣ ਦੇਵਾਂਗੇ ਕਿ ਇਹ ਸ਼ਰਾਬ ਵੰਡਣ ਤੇ ਸਾਡੇ ਲੋਕ ਸ਼ਰਾਬ ਪੀਣ ਕਹਿੰਦੇ ਪੋਲੀਟੀਕਲ ਐਕਸਪੀਰੀਅੰਸ ਬੜਾ ਘੱਟ ਹੈ ਤੁਹਾਡੇ ਲੋਕਾਂ ਦਾ ਇਹ ਇਦਾਂ ਦੀ ਬਲਾ ਕਹਿੰਦੇ ਕਿ ਕਹਿੰਦੇ ਲੀਡਰ ਕਹਿੰਦੇ ਸਾਡੇ ਕੋਲ ਪੋਲੀਟੀਕਲ ਐਕਸਪੀਰੀਅੰਸ ਹੈ ਬਹੁਤ ਹੋਗਾ ਬਿਲਕੁਲ ਉਹਨਾਂ ਕੋਲ ایکسپੀਰੀਅੰਸ ਬਹੁਤ ਜ਼ਿਆਦਾ ਹੈ ਉਹ ਬਹੁਤ ਵਧੀਆ ਝੂਠ ਹੀ ਬੋਲ ਲੈਂਦੇ ਜਿਹੜਾ ਕਿ ਰਾਜਨੀਤੀ ਦਾ ਸਭ ਤੋਂ ਪਹਿਲਾ ਸਬਕ ਹੈ ਉਸ ਇਹ ਸਿਖਾਇਆ ਜਾਂਦਾ ਕਿ ਜਿਹਨੂੰ ਬਹੁਤ ਜ਼ਿਆਦਾ ਝੂਠ ਬੋਲਣਾ ਆਉਂਦਾ ਹੁੰਦਾ ਉਹ ਵੱਡਾ ਲੀਡਰ ਬਣਦਾ ਔਰ ਇਸ ਕਰਕੇ ਮੈਂ ਮੰਨਦਾ ਕਿ ਉਹਨਾਂ ਕੋਲ ایکسپੀਰੀਅੰਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਝੂਠ ਬੋਲ ਲੈਂਦੇ ਆ ਔਰ ਅਸੀਂ ਇਸ ਐਵੇਂ ਦੀ ਰਾਜਨੀਤੀ ਬਿਲਕੁਲ ਨਹੀਂ ਕਰਨੀ ਅਸੀਂ ਆਪਣੇ ਪਰਿਵਾਰਾਂ ਨਾਲ ਆਪਣੇ ਜੀਵਨਾਂ ਉਹੀ ਵਾਅਦੇ ਕਰਦੇ ਆ ਕਿ ਅਸੀਂ ਕੱਲ ਨੂੰ ਵੀ ਵੋਟ ਮੰਗਣ ਲਈ ਉਹਨਾਂ ਕੋ ਆ ਸਕੀਏ ਅਸੀਂ ਉਹਨਾਂ ਵਾਂਗੂ ਝੂਠ ਨਹੀਂ ਬੋਲੇ ਉਹ ਬਿਲਕੁਲ ਸਹੀ ਆਪਣੀ ਜਗ੍ਹਾ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਜ਼ਿਆਦਾ ਵਾ ਸਿਆਸਤ ਜਿਹੜੀ ਆ ਉਹ ਇੱਕ ਝੂਠ ਦਾ ਝੂਠ ਤੇ ਖੜੀ ਕੀਤੀ ਜਾਂਦੀ ਆ ਜਿਵੇਂ ਕਿ ਕੈਪਟਨ ਸਾਹਮ ਨੇ ਸੌਂ ਖਾਦੀ ਇੱਥੇ ਹੋਰ ਕਈ ਸੌਂਾਂ ਖਾਦੀਆਂ ਗਿਆ ਲੀਡਰਾਂ ਨੇ ਇੱਥੇ ਬੜੇ ਬੜੇ ਲੋਕਾਂ ਨੂੰ ਨੌਕਰੀਆਂ ਦੇ ਵਾਅਦੇ ਕੀਤੇ ਬੜਾ ਕੁਛ ਕੀਤਾ ਔਰ ਉਹ ਝੂਠ ਦੀ ਸਿਆਸਤ ਕੀਤੇ ਕੀਤੀ ਔਰ ਜਿੱਤੇ ਵੀ ਨੇ ਉਹ ਮੈਂ ਉਹਨਾਂ ਨੂੰ ਇਸ ਗੱਲੋਂ ਮੈਂ ਉਹਨਾਂ ਦਾ ਬਹੁਤ ਉਹਨਾਂ ਤੋਂ ਪ੍ਰਭਾਵਿਤ ਆ ਕਿ ਉਹ ਬਹੁਤ ਵਧੀਆ ਝੂਠ ਬੋਲਦੇ ਬਿਲਕੁਲ ਸਮਝ ਰਹੇ ਨੇ ਤਾਂ ਤਾਂ ਹੀ ਤਾਂ ਸਾਡੇ ਨਾਲ ਨੇ ਤਾਂ ਹੀ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਆ ਸਮਝ ਰਹੇ ਨੇ ਆ ਜਿੰਨੇ ਵੀ ਲੋਕ ਇੱਥੇ ਖੜੇ ਤੁਸੀਂ ਕੱਲੇ ਕੱਲੇ ਕੋ ਬੋਲ ਸਕਦੇ ਕਿ ਅਸੀਂ ਅੱਜ ਤੱਕ ਕਿਸੇ ਨੂੰ ਕੋ ਪੈਸਾ ਨਹੀਂ ਦਿੱਤੀ ਅਸੀਂ ਇਲਾਕੇ ਵਿੱਚ ਤੁਸੀਂ ਆਇਓ ਪ੍ਰੋਪਰ ਇੱਕ ਰਾਇਸ਼ੀ ਇਲਾਕਾ ਹੈ ਤੇ ਜਿਹੜਾ ਹੈ ਕਿ ਕਮਰਸਰ ਦਾ ਬਹੁਤ ਸ਼ੇਰੀਆ ਮੰਨਿਆ ਜਾਂਦਾ ਹੈ ਮੈਨਵਨਿਊ ਬਿਲਕੁਲ ਇਹ ਰਿਆਸੀ ਇਲਾਕਾ ਔਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿੰਨੇ ਵੀ ਜੀ ਖੜੇ ਨੇ ਇਹਨਾਂ ਨੂੰ ਤੁਸੀਂ ਕੱਲੇ-ਕੱਲੇ ਕੋ ਪੁੱਛ ਸਕਦੇ ਕਿ ਅੱਜ ਤੱਕ ਮੈਂ ਕਦੀ ਇਹਨਾਂ ਨੂੰ ਕੋਈ ਪੈਸਾ ਦਿੱਤਾ ਕੋਈ ਸ਼ਰਾਬ ਦਿੱਤੀ ਕੋਈ ਨਸ਼ਾ ਦਿੱਤਾ ਇਹ ਸਿਰਫ ਮੇਰੇ ਪਿਆਰ ਕਰਕੇ ਖੜੇ ਨੇ ਔਰ ਮਾਤਾ ਜੀ ਦੇ ਸਤਿਕਾਰ ਕਰਕੇ ਖੜੇ ਨੇ ਮਾਤਾ ਜੀ ਨੇ ਦੋ ਦੋ ਵਾਰੀ ਕਾਉਂਸਲ ਰਹੀ ਰਹਿ ਚੁੱਕੇ ਆ ਇਸ ਪਹਿਲਾਂ ਮੇਰੇ ਮਾਤਾ ਜੀ ਫਿਰ ਚਾਚੀ ਜੀ ਔਰ 10 ਸਾਲ ਜਿਹੜੀ ਲੋਕਾਂ ਦੀ ਸੇਵਾ ਕੀਤੀ ਹੈ ਸਾਰਿਆਂ ਨੂੰ ਪਤਾ ਵਾ ਔਰ ਉਹ ਸੇਵਾ ਦਾ ਸਦਕਾ ਇਹ ਸਾਰੇ ਖੜੇ ਨੇ ਸ਼ੁਕਰੀਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕੈਂਪੇਨ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਭਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਸਾਂਝੇ ਉਮੀਦਵਾਰ ਦੇ ਤੌਰ ਤੇ ਇੱਥੇ ਆਏ ਨੇ ਤਾਂ ਤਸਵੀਰਾਂ ਤੁਹਾਨੂੰ ਸਾਂਝੀ ਦੱਸ ਰਹੇ ਗਗਪਿੰਦਰ ਸਿੰਘ ਸੋਨੂ ਜੋ ਕਿ ਇੱਕ ਅਪਰਾਧਿਕ ਮਾਮਲੇ ਅਜਰਾ ਦਰਜ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਤੇ 40 ਪਰਚੇ ਦਰਜ ਹੋਏ ਤਾਂ ਲੰਬੀ ਗਤੀਵਿਧੀ ਚ ਰਹੇ ਤੋਂ ਬਾਅਦ ਤਕਰੀਬਨ ਪੰਜਾਬ ਦੀ ਹਰ ਜੇਲ੍ਹ ਚ ਵੀ ਰਹੇ ਲੇਕਿਨ ਹੁਣ ਇੱਕ ਜਿੰਦਗੀ ਦੀ ਸ਼ੁਰੂਆਤ ਕਰ ਰਹੇ ਨੇ ਤਾਂ ਕਿਤਨਾ ਕਿਤੇ ਸਰਕਾਰਾਂ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਜਿਹੜਾ ਹੁੰਦਾ ਹੈ ਉਸ ਨੂੰ ਹਰ ਤਰ੍ਹਾਂ ਦਾ ਬੁਰਾ ਜਿਹੜਾ ਅਕਸ ਹੈ ਉਹ ਲੀਡਰ ਹੀ ਬਣਾਉਂਦੇ ਨੇ ਪਰ ਹੁਣ ਉਹ ਖੁਦੋ ਲੀਡਰ ਬਣ ਗਏ ਨੇ ਕਿਉਂਕਿ ਉਹ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਸ਼ੋਸ਼ਣ ਹੁੰਦਾ ਨੌਜਵਾਨਾਂ ਦਾ ਸ਼ੋਸ਼ਣ ਹੁੰਦਾ ਤੇ ਇਸ ਕਰਕੇ ਉਹਨਾਂ ਨੂੰ ਸ਼ੋਸ਼ਣ ਨਹੀਂ ਹੁੰਦੇਣਗੇ ਤਾਂ ਖੁਦ ਉਹ ਇਸ ਸੇਵਾ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਝਾਤ ਪਾਈ ਹੈ ਪਰ ਮੁਕਾਬਲਾ ਉਹਨਾਂ ਦਾ ਉਹਨ ਪਰ ਕਾਇਸੋਨੀ ਜੋ ਕਿ ਸੂਬੇ ਦੇ ਡਿਪਟੀ ਸੀਐਮ ਨੇ ਉਹਨਾਂ ਨਾਲ ਉਹਨਾਂ ਦੀ ਸਿੱਧੀ ਟੱਕਰ ਨਜ਼ਰ ਆ ਰਹੀ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ ਜਗਬਾਨੀ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਨੀ ਟੀਵੀ ਦੇ ਇੰਸਟਾਗ੍ਰam ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ મિતਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।